नाम ते आया नानक ते मुख उजले जप मन सतनाम सदा सतनाम हल्त पल्त मुख खुजल होई है नित्या यह हर पुरख निरंजना। परम सत्कार योग सतगुरां दी साजी नवाजी गुरु प्यारी गुरु सवारी सतगुरां दा खास रूप गुरु खालसा सतसंग जी रसना की पवित्रता और मन की पूर्ण एकाग्रता वास्ते साहिब गुरु गोबिंद सिंह महाराज की बख्शिश दोहराओ प्यार नाल फतेह बुलाओ कोई रसना वांझी ना रवे सारे आखो जी वाहेगुरु जी का खालसा वाहेगुरु जी की फतेह। चौथा सालाना समागम मंडी गोबिंदगढ़ की संगत नूं प्राप्त होया है। दूसरे दीवान दियां हाजरियां भर रहे हैं सारे सो काफी गिनती विच संगत आ भी चुकी है। बहुत संगतां ने अजे सतगुरु के चरणों विच नतमस्तक होना है। सारियां नूं बेनती है कि जिथे जिथे भी जगह मिलती है प्यार नाल बैठण दा यतन करो तां जो थोड़े समय तो बहुता लाहा लईए और तदई होएगा जे मन एकाग्र करके बैठने का यतन करांगे। जिन्हें नाम ते आया गए मसकत काल जिन्हां ने नाम जपया जिन्हां ने नाम ते आया वो मसकतां काल गए। संसार उन्हां नूं पूजदा है संसार अंदर उन्हां दा बड़ा सत्कार है ते ओ आप भी नहीं कले नाम जपन वाले तरे नानक ते मुख उजले अपना मुख ते उजला लेके ही गए ने केती छुट्टी नाल उन्होंने करोड़ा नूं होर भी जमा दियां फाइयां तो छुड़ा दिता। आप ते गए ही उजला मूह लेके मुख उजला लैके आप ते संसार चों गए ही ने पर उन्होंने पता नहीं किन्या कनू होर टुटिया होया नू जोड़ दिता। सो सतसंग जी सतगुरु साढ़े ते भी मेहर करन राणा राओ ना कोर है रंग ना तुंग फकीर वारी आपो अपनी कोय ना बंदा तीर। जाना इस संसार विचों एक दिन सारिया ने इस फानी संसार नूं अलविदा कह जाना। शरीर भावें लंबा ते भावें छोटा ते भावें गोरा ते भावें काला जिहो जिहा मर्जी होवे एक दिन सब ने सपुरदे राख हो जाना। ਇਹ ਸਾਡੇ ਸਰੀਰ ਨੂੰ ਰਾਖ ਦੇਵੇ ਅਗਨੀ ਦੇ ਸਪੁਰਦ ਕਰ ਦਿੱਤਾ ਜਾਏਗਾ। ਮਿੱਟੀ ਦੀ ਢੇਰੀ ਬਣ ਜਾਣਾ ਹੈ ਇਹੋ ਤਨ ਹੋਏਗਾ ਭਸਮ ਕੀ ਢੇਰੀ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਬਚਪਨ ਆਏਗਾ ਜਵਾਨੀ ਆਏਗੀ ਬੁਢੇਪਾ ਆਏਗਾ ਇਹ ਤਿੰਨ ਮੇਨ ਅਵਸਥਾਵਾਂ ਹਨ। कहो नानक हर भजन बिन। सतगुरु कहिंदे ने जे भजन ना कीता बचपन विच जे भजन ना कीता जवानी विच जे भजन ना कीता बुढ़ेपे विच फिर सारा ही व्यर्थ है जवानी भी बचपन भी बुढ़ेपा। कहो नानक हर भजन बिन व्यर्था सब ही मान। सो ओही बचपना भी लेखे विच है जिदे विच वाहिगुरु याद आवे ओ जवानी भी ओ सतसंग जी जवानी दा नशा जोश
ਜੇ ਉੱਥੇ ਕੋਈ ਰੱਬ ਦੇ ਪਿਆਰਿਆਂ ਦੀ ਸੰਗਤ ਮਿਲ ਜਾਵੇ ਉਹੀ ਚੰਗੇ ਪਾਸੇ ਲੱਗ ਜਾਏ ਤੇ ਸਤਸੰਗਤ ਜੀ ਤਾਂ ਹੀ ਫਿਰ ਉਹ ਜਵਾਨੀ ਵੀ ਸਫਲੀ ਹੋ ਜਾਂਦੀ ਹੈ। ਬੁਢੇਪਾ ਵੀ ਤਾਂ ਹੀ ਸਫਲ ਹੈ ਜੇ ਭਜਨ ਕਰੀਏ, ਜੇ ਸਿਮਰਨ ਕਰੀਏ, ਜੇ ਉਹਦੇ ਪਿਆਰ ਵਿੱਚ ਜੁੜੀਏ। ਬਹੁਤ ਥਾਵਾਂ ਤੇ ਵੇਖਣ ਵਿੱਚ ਆਉਂਦਾ ਬੱਚੇ ਲੱਗ ਜਾਂਦੇ ਨੇ, ਜਵਾਨ ਲੱਗ ਜਾਂਦੇ ਨੇ, ਬਜ਼ੁਰਗ ਇਹ ਗੱਲ ਕਹਿ ਦਿੰਦੇ ਆ ਕਿ ਹੁਣ ਸਾਰੀ ਜ਼ਿੰਦਗੀ ਜੇ ਖਾਂਦਿਆਂ ਪੀਂਦਿਆਂ ਲੰਘ ਗਈ ਆ, ਹੁਣ ਲਾਸਟ ਪੜਾਅ ਹੈ ਸਾਡੀ ਜ਼ਿੰਦਗੀ ਦਾ ਤੇ ਹੁਣ ਅੰਮ੍ਰਿਤ ਨੇ ਕਿਹੜਾ ਤਾਰ ਦੇਣਾ। ਪਰ ਮੈਂ ਬਹੁਤ ਵਾਰੀ ਅਰਜ਼ ਕੀਤੀ ਆ, ਇਹ ਤੇ ਉਹ ਗੱਲ ਕਰਦੇ ਹੋ ਵੀ ਖੂਹ ਤੋਂ ਕੋਈ ਪਾਣੀ ਭਰਨ ਵਾਸਤੇ ਗਿਆ ਤੇ ਸਾਰਾ ਰੱਸਾ ਖੂਹ ਵਿੱਚ ਸੁੱਟ ਦਿੱਤਾ, ਬਾਲਟੀ ਵੀ ਵਿੱਚ ਗਈ ਤੇ ਜਿਹੜਾ ਖੂਹ ਤੋਂ ਪਾਣੀ ਭਰਨ ਲੱਗਾ ਉਹ ਸੋਚਦਾ ਹੈ ਵੀ ਜੇ ਸਾਰਾ ਰੱਸਾ ਸੁੱਟ ਦਿੱਤਾ ਤੇ ਗਿੱਠਕ ਦਾ ਕੀ ਕਰਨਾ, ਹੁਣ ਇਹੀ ਰਹਿ ਗਿਆ ਇਹਨੂੰ ਵੀ ਛੱਡ ਦਿਓ। ਜੇ ਹੁਣ ਗਿੱਠਕ ਦਾ ਛੱਡਦਾ ਹੈਗਾ ਤੇ ਫਿਰ ਤੇ ਮੁੜ ਕੇ ਨਾ ਡੋਲ ਲੱਭਣਾ ਨਾ ਰੱਸਾ ਲੱਭਣਾ ਤੇ ਗਿਆ। ਫਿਰ ਜੇ ਗਿੱਠਕ ਦਾ ਵੀ ਹੱਥ ਵਿੱਚ ਹੈ ਤੇ ਸਾਰਾ ਕੁਝ ਵਾਪਸ ਆ ਜਾਏਗਾ। ਗੁਰਮੁਖੋ ਜ਼ਿੰਦਗੀ ਦੇ ਪੰਜ ਚਾਰ ਸਾਲ ਵੀ ਬਾਕੀ ਨੇ, ਪੰਜ ਚਾਰ ਮਹੀਨੇ ਵੀ ਬਾਕੀ ਨੇ, ਜੇ ਪੰਜ ਚਾਰ ਦਿਨ ਵੀ ਬਾਕੀ ਨੇ ਤਾਂ ਵੀ ਗੁਰੂ ਵਾਲੇ ਜੇ ਬਣ ਗਏ, ਅੰਮ੍ਰਿਤ ਛੱਕ ਕੇ ਸਿੰਘ ਸੱਜ ਗਏ, ਜੇ ਸਤਿਗੁਰੂ ਸਾਹਿਬ ਦੀ ਦੱਸੀ ਮਰਿਆਦਾ ਮੁਤਾਬਕ ਆਪਣੇ ਜੀਵਨ ਨੂੰ ਢਾਲ ਲਿਆ ਤੇ ਅੱਗੇ ਫਿਰ ਜਮਾਂ ਦੀਆਂ ਫਾਈਆਂ ਤੋਂ ਬਚ ਜਾਵਾਂਗੇ। ਇੱਕੋ ਹੀ ਆਵਾਜ਼ ਆਏਗੀ, ਪਾਸੇ ਹਟ ਜਾਓ, ਇਹ ਗੁਰੂ ਕਾ ਪੁੱਤ ਆ ਰਿਹਾ। ਆਖੋ ਸਤਨਾਮ ਮਰਿਆਦਾ। ਬਹੁਤ ਲੋਕ ਐਸੇ ਨੇ ਸਾਰਾ ਜੀਵਨ ਸ਼ੰਕਾ ਹੀ ਕਰਦੇ ਰਹਿੰਦੇ ਆ, ਇਹ ਅੰਮ੍ਰਿਤ ਕਿਵੇਂ ਬਣਿਆ, ਆਹ ਕਿੱਦਾਂ ਹੋਇਆ, ਆਹ ਕਿਵੇਂ ਹੋਇਆ, ਆਹ ਕਿਵੇਂ ਹੋਇਆ, ਆਹ ਕਿਵੇਂ ਹੋਇਆ, ਅੱਜ ਪੰਥ ਵਿੱਚ ਕੀ ਹੋ ਰਿਹਾ, ਅੱਜ ਆਹ ਹੋ ਰਿਹਾ ਜੀ, ਅੱਜ ਆਹ ਹੋ ਰਿਹਾ। ਪਰ ਮੈਂ ਆਪ ਜੀ ਦੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ, ਜੇ ਇਸ ਪਾਸੇ ਵੱਲ ਚਲੇ ਜਾਓਗੇ ਸਮਾਂ ਕਲਯੁੱਗ ਦਾ ਤੇ ਮਨ ਦੀ ਸ਼ਾਂਤੀ ਭੰਗ ਹੋ ਜਾਏਗੀ। ਬੁਰਾ ਹਾਲ, ਮਨ ਦੀ ਸ਼ਾਂਤੀ ਕਾਇਮ ਰੱਖਣੀ ਹੈ ਤੇ ਸਿਮਰਨ ਕਰੋ, ਭਜਨ ਕਰੋ, ਬੰਦਗੀ ਕਰੋ ਤੇ ਇਹ ਨਾਲ ਨਾਲ ਸਰਬ ਇਹ ਜੋ ਅੱਜ ਵੀ ਵੇਖ ਰਹੇ ਹਾਂ ਸੰਸਾਰ ਅੰਦਰ, ਨਾਮ ਤੋਂ ਬਿਨਾਂ ਸਿਮਰਨ ਤੋਂ ਬਿਨਾਂ ਲੋਕ ਸੜਦੇ ਬਲਦੇ ਹਨ, ਇਹ ਤੇ ਇਸੇ ਤਰ੍ਹਾਂ ਚੱਲਦਾ ਆਇਆ ਤੇ ਚੱਲਦਾ ਰਹੇਗਾ। ਅਗਰ ਇਹਨਾਂ ਲੋਕਾਂ ਵੱਲ ਵੇਖਣਾ ਸ਼ੁਰੂ ਕਰ ਦਿਆਂਗੇ ਤੇ ਮਨ ਦੀ ਸ਼ਾਂਤੀ ਜਾਂਦੀ ਰਹੇਗੀ, ਮਨ ਦਾ ਟਿਕਾਅ, ਮਨ ਦਾ ਸਕੂਨ ਖਤਮ ਹੋ ਜਾਏਗਾ। ਸੋ ਸਤਸੰਗਤ ਬਸ ਸਿਮਰਨ ਕਰੀਏ, ਬੰਦਗੀ ਕਰੀਏ ਤੇ ਸਤਿਗੁਰੂ ਜੀ ਦੇ ਬਚਨਾਂ ਤੇ ਪੂਰਨ ਭਰੋਸਾ। ਹੁਣ ਅੱਜ ਕੱਲ੍ਹ ਸਾਡਾ ਸੁਭਾਅ ਇੱਦਾਂ ਦਾ ਬਣ ਗਿਆ, ਮੀਡੀਏ ਦਾ ਯੁੱਗ ਹੈ, ਉਹ ਵੇਖਨੇ ਆ ਜੋ ਬੁੱਧੀ ਦੇ ਤਲ ਤੱਕ ਸੀਮਤ ਹੈ, ਅਸੀਂ ਉਹ ਕਿਤਾਬਾਂ ਪੜ੍ਹਨੇ ਆ ਜਿਹੜੇ ਕੇਵਲ ਇੱਕ ਬੁੱਧੀ ਦੇ ਤਲ ਤੱਕ ਜਿਉਣ ਵਾਲੇ ਲੋਕਾਂ ਦੀਆਂ ਲਿਖੀਆਂ ਹੋਈਆਂ ਨੇ। ਅੱਜ ਬੜੇ ਲੋਕ ਰਾਈਟਰ ਬੜੇ ਨੇ, ਪਰ ਰਾਈਟਰ ਬਣ ਜਾਣਾ ਕੋਈ ਮਾੜੀ ਗੱਲ ਨਹੀਂ, ਪਰ ਉਹ ਰਾਈਟਰ ਕੁਛ ਅੰਦਰੋਂ ਵੀ ਭਿੱਜਿਆ ਹੋਇਆ ਹੋਏਗਾ ਤੇ ਉਹ ਕਿਸੇ ਨੂੰ ਰੰਗ ਚੜਾ ਵੀ ਦੇਵੇਗਾ। ਜੇ ਕੇਵਲ ਬੁੱਧੀ ਦੇ ਤਲ ਤੇ ਹੀ ਖਲੋਤਾ ਹੋਇਆ ਦਿਮਾਗ ਕਰਕੇ ਬਸ ਉਹਨੇ ਜੇ ਕੋਈ ਕਿਤਾਬ ਲਿਖ ਦਿੱਤੀ ਤੇ ਉਹ ਕਿਸੇ ਨੂੰ ਰੰਗ ਚੜਾ ਨਹੀਂ ਸਕਦਾ, ਸਗੋਂ ਅੰਦਰ ਸ਼ੰਕੇ ਪੈਦਾ ਹੋ ਜਾਣਗੇ। ਹੁਣ ਵੇਖੋ ਇਹ ਸਾਡੇ ਲਿਖਾਰੀਆਂ ਦੀ ਲਿਖਤ ਤੇ ਕਹਿੰਦੇ ਸਰੋਵਰਾਂ ਦੀ ਕੀ ਲੋੜ ਹੈ, ਜੀਰੀ ਲਾਇਆ ਕਰੋ ਫਾਇਦਾ ਹੋਵੇ। ਆਖੋ ਸਤਨਾਮ। ਹੁਣ ਇਹ ਸਾਡੇ ਲਿਖਾਰੀਆਂ ਨੇ ਲਿਖਿਆ ਵੀ ਸਰੋਵਰਾਂ ਦਾ ਕੀ ਫਾਇਦਾ, ਸਰੋਵਰ ਕਿਉਂ, ਵੀ ਇਹਨਾਂ ਦੀ ਤੇ ਲੋੜ ਹੀ ਨਹੀਂ ਕੋਈ। ਸ਼ੰਕੇ ਭਰੇ ਪਏ ਨੇ ਕਿਤਾਬਾਂ ਇਹਨਾਂ ਦੀਆਂ ਪੜ੍ਹ ਕੇ ਵੇਖੋ, ਸ਼ੰਕੇ ਹੀ ਸ਼ੰਕੇ, ਜਿਹੜਾ ਪੜ੍ਹਦਾ ਉਹ ਹੋਰ ਸ਼ੰਕਿਆਂ ਵਿੱਚ ਉਲਝ ਜਾਂਦਾ, ਸਾਰੀ ਜ਼ਿੰਦਗੀ ਏਦਾਂ ਹੀ ਬਸਰ ਹੋ ਜਾਂਦੀ। ਪਰ ਗੁਰਮੁਖੋ ਸਿੱਖ ਧਰਮ ਵਿੱਚ ਤੇ ਕੇਵਲ ਸ਼ਰਧਾ ਹੈ, ਇੱਥੇ ਪਖੰਡ ਦਾ ਜ਼ਰੂਰ ਵਿਰੋਧ ਹੈ, ਪਰ ਕਿਸੇ ਕਾਰਨ ਕਰਕੇ ਸਾਡੀ ਗੁਰੂ ਤੇ ਸ਼ਰਧਾ ਨਾ ਭੰਗ ਹੋ ਜਾਵੇ ਸਤਿਗੁਰ ਤੋਂ, ਅਸੀਂ ਕਿਸੇ ਪਖੰਡੀ ਉੱਤੇ ਸ਼ਰਧਾ ਨਹੀਂ ਬਣਾਉਣੀ, ਕਿਸੇ ਹੋਰ ਉੱਤੇ ਸ਼ਰਧਾ ਨਹੀਂ ਬਣਾਉਣੀ। ਜੇ ਸ਼ਰਧਾ ਸਾਡੀ ਹੋਵੇ ਤੇ ਬਾਣੀ ਉੱਤੇ, ਬਾਣੇ ਉੱਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੇ, ਰੱਬ ਦੇ ਪਿਆਰਿਆਂ ਤੇ। ਪਰ ਗੁਰਮੁਖੋ ਜੇ ਸ਼ਰਧਾ ਦਾ ਵਿਸ਼ਾ ਇਹ ਸਿੱਖ ਧਰਮ ਹੈ, ਕਹਿੰਦੇ ਨੇ ਜੇ ਮਾਇਆ ਚਲੀ ਗਈ ਤੇ ਤੇਰੇ ਕੋਲੋਂ ਕੁਛ ਵੀ ਨਹੀਂ ਗਿਆ, ਜੇ ਸਰੀਰਕ ਤੰਦਰੁਸਤੀ ਚਲੀ ਗਈ ਤੇ ਤੇਰੇ ਕੋਲੋਂ ਕੁਛ ਵੀ ਨਹੀਂ ਗਿਆ, ਜੇ ਕੋਠੀਆਂ ਚਲੀਆਂ ਗਈਆਂ ਕੁਛ ਵੀ ਨਹੀਂ ਗਿਆ, ਜੇ ਤੇਰੀ ਤੇਰੇ ਗੁਰੂ ਤੋਂ ਸ਼ਰਧਾ ਚਲੀ ਗਈ ਤੇ ਫਿਰ ਸਭ ਕੁਛ ਹੀ ਗਿਆ, ਫਿਰ ਕੁਝ ਵੀ ਨਹੀਂ ਰਹਿ ਗਿਆ ਪੱਲੇ। ਸ਼ਰਧਾ ਚਲੀ ਗਈ ਫਿਰ ਸਭ ਕੁਝ ਗਿਆ, ਫਿਰ ਖਤਮ ਸਾਡੀ ਭਾਵਨਾ। ਜੇ ਸ਼ਰਧਾ ਹੀ ਨਾ ਸਤਿਗੁਰ ਤੇ ਰਹੀ ਤੇ ਫਿਰ ਤੇ ਸਾਰਾ ਜੀਵਨ ਮੱਥੇ ਟੇਕਦਿਆਂ ਦਾ ਲੰਘ ਜਾਏਗਾ।
ਉਹ ਮਨ ਵਿੱਚ ਸ਼ੰਕਾ